ਨਮਸਕਾਰ ਅੱਜ ਮੈਂ ਤੁਹੰ데 ਕੰਨਾ ਮੇਲਾ ਬੌਫੋਰ ਦੇ ਬਾਰੇ ਚ ਕਿਸ਼ ਗੱਲਾਂ ਸਾਂਝਾ ਕਰਨਾ ਚਾਹੰ ਮੇਲਾ ਬੌਫੋਰ ਇੱਕ ਐਸਾ ਮੇਲਾ ਹੈ ਜਿਸ ਦਾ ਇਤਿਹਾਸ ਬੜਾ ਪੁਰਾਣਾ ਹੈ ਇਆਂ ਤੇ ਜੰਮੂ ਚ ਕਈ ਸਾਰੇ ਮੇਲੇ ਲੱਗਦੇ ਨੇ ਜਿਹਾਂ ਸਵਾਂਖੇ ਦਾ ਮੇਲਾ ਜਾਂ ਕਾਨਾ ਚੱਕ ਚ ਲੱਗਨੇ ਵਾਲਾ ਮਸ਼ਹੂਰ ਚਿੜੀ ਦਾ ਮੇਲਾ ਪਰ ਮੇਲਾ ਬੌਫੋਰ ਦੀ ਗੱਲ ਹੈ ਕਿਸ਼ ਬੱਕਰੀ ਹੈ ਇਹ ਮੇਲਾ ਜਿਸ ਕਿਲੇ ਦੇ ਹਾਲੇ ਦੁਆਲੇ ਲੱਗਦਾ ਆਇਆ ਹੈ ਉਸੀ ਬਾਹੂ ਕਿਲਾ ਆਖ ਦਿਨ ਜਿਸ ਕੀ ਰਾਜਾ ਬਹੁ ਲੋਚਨ ਨੇ ਬਣਵਾਇਆ ਹ ਤੇ ਠੀਕ ਇਸ ਕਿਲੇ ਦੇ ਬਸ਼ਕਾਰ ਆਪਣੀ ਕੁਲਦੇਵੀ ਮਾਂ ਕਾਲੀ ਦਾ ਮੰਦਿਰ ਵੀ ਰਾਜਾ ਬਹੁ ਲੋਚਨ ਨੇ ਬਣਵਾਇਆ ਹ ਇਸ ਮੇਲੇ ਚ ਦਿਖਨੇ ਜੋ ਕਈ ਧਾਰਮਿਕ ਥਾਰੇ ਨੇ ਜਿਸੇ ਦਿਖਨੇ ਕੀਤਾ ਲੋਕ ਦੂਰ ਦੋਰਾ ਉਠਿ ਆਉਂਦੇ ਨੇ ਨੌ ਨਰਾਤੇ ਰੱਖਣੇ ਬਾਅਦ ਨੌਮਨੀਅਲ ਦਿਨ ਲੋਕ ਆਪਣੀ ਆਪਣੀ ਸਾਖ ਲਈਏ ਪਹਿਲੇ ਅਰਕੀ ਪੋੜੀ ਜਾਂਦੇ ਨੇ ਤੇ ਉੱਥੇ ਆਪਣੀ ਸਾਖ ਪ੍ਰਵੰਦਨ ਉੱਥੇ ਸਾਖ ਪਰਵਾਈ ਹੈ ਲੋਕ ਸਿੱਧੇ ਮਾਂ ਕਾਲੀ ਦੇ ਮੰਦਿਰ ਜਾਈਏ ਮੱਥਾ ਟੇਕਦੇ ਨੇ ਮੱਥਾ ਟੇਕੀਏ ਮਾਂ ਦਾ ਆਸ਼ੀਰਵਾਦ ਲਈਏ ਪੀਓ ਪਰਲੇ ਪਾਸੇ ਬਣਦੇ ਮਮਾਇਆ ਮਾਤਾ ਦੇ ਮੰਦਿਰ ਜਾਂਦੇ ਨੇ ਤੇ ਉੱਥੇ ਜਾਈਏ ਆਸ਼ੀਰਵਾਦ ਲੈਂਦੇ ਨੇ ਵਾਪਸ ਪਰਵੰਦ ਵਾਪਸ ਪਰਤੋਂਦੇ ਵਾ ਕੇ ਗੰਡੋਲੇ ਦਾ ਨਜ਼ਾਰਾ ਲੈਂਦੇ ਨੇ ਤੇ ਗੰਡੋਲੇ ਦਾ ਝੂਟਾ ਲੈਂਦੇ ਲੈਂਦੇ ਉਹ ਮਮਾਇਆ ਮਾਤਾ ਦੇ ਉੱਚੇ ਉੱਚੇ ਪਹਾੜੇ ਦਾ ਇੱਥੇ ਕਨੇਕਨੇ ਜੰਗਲੇ ਦਾ ਦਿੱਬ ਨਜ਼ਾਰਾ ਦਿਖਦੇ ਨੇ ਕਿਛ ਲੋਕ ਕਿਲੇ ਦੇ ਕਨੇ ਦੇ ਬਨੇ ਦੇ ਏਸ਼ੀਆ ਦੇ ਨੰਬਰ 1 ਅੰਡਰਗਰਾਉਂਡ ਅਕੁਅਰੀਅਮ ਚ ਰੰਗ ਬਰੰਗੇ ਮੱਛੀਆਂ ਦਾ ਨਜ਼ਾਰਾ ਲੈਂਦੇ ਨੇ ਅੱਜ ਕੱਲ ਤੇ ਬਾਗੇਬਾਉਚ ਆਧੁਨਿਕ ਤਕਨੀਕ ਨੇ ਬਨੇ ਦਾ 뮤지컬 ਫੌਂਟੇਨ ਜਿਸ ਸੰਗੀਤ ਮੇਂ ਫੁਹਾਰਾ ਵੀ ਆਖਿਆ ਜਾਂਦਾ ਹੈ ਯਾਤਰੀਆਂ ਦੇ ਆਕਰਸ਼ਣ ਦਾ ਕੇਂਦਰ ਬਨੇਦਾ ਹੈ ਲੋਕ ਤਰਕਾ ਲੈ ਆਪਣੀ ਟਿਕਟ ਕਟਾਉਂਦੇ ਨੇ ਤੇ ਤੋਲੇਂਗੇ ਜਾਈਏ ਆਪਣੀ ਆਪਣੀ ਸੀਟ ਮੱਲੀ ਲੈਂਦੇ ਨੇ ਤੇ ਰਾਤੀ ਜਾਈਏ ਡੁੱਗਰ ਸੰਸਕ੍ਰਿਤੀ ਕਨੇ ਜੁੜੀ ਦੀਆਂ ਕਈ ਚਲਕੀਆਂ ਫੁਆਰੇ ਵਿੱਚ ਗੈ ਦਿਖਦੇਨ ਤੇ ਮਜ਼ਾ ਲੈਂਦੇਨ ਕਈ ਲੋਕ ਲੰਗਰ ਲਾਂਦੇਨ ਲੋਕ ਖਾਂਦੇਨ ਤੇ ਟੋਲੇ ਉਪਰ ਨਜ਼ਦੇਨ ਤੇ ਮਾਤਾ ਦੇ ਚੈਕਾਰੇ ਲਾਂਦੇਨ ਕਈ ਲੋਕ ਦੂਰ ਦੂਰਾ ਉਠੀਏ ਆਪਣੇ ਅਥੇ ਕਨੇ ਬਨੇਦਾ ਸਮਿਆਂ ਬੇਚਨ ਵੀ ਇਸ ਮੇਲੇ ਚ ਆਉਂਦੇਨ ਬਨਸਵੰਨੇ ਖਾਣੇ ਦੀਆਂ ਚੀਜ਼ਾਂ ਲੋਕੇ ਦਾ ਮਨ ਮੋਹ ਲੈਂਦੀਆਂ ਨੇ ਦਖਣੇ ਤੇ ਸੁਣਨੇ ਚ ਫਰਕ ਹੈ ਤੁਸ ਆਪੂ ਗਏ ਆਇਏ ਦਿਖਿਲਾਓ ਇਹ ਉਹ ਜਗਾਇ ਹੈ ਜਿਸ ਦੇ ਚਰਨੇ ਚ ਬਗਨੇ ਵਾਲੀ ਸੂਰੇ ਪੁਤਰੀ ਤਵੀ ਦੇ ਕੰਢੇ ਸ਼ੇਰ ਤੇ ਬੱਕਰੀ ਦਵੇ ਕਿੱਥੇ ਪਾਣੀ ਪੀਂਦੇ ਹੈ ਇਸ ਇਤਿਹਾਸਿਕ ਦਰਹੋਰ ਕੀ ਛੜਤ ਦਿਖਣਾ ਨਹੀਂ ਬਲਕੇ ਮਹਿਸੂਸ ਵੀ ਕਰਨੇ ਦੀ ਲੋੜ ਹੈ ਤਾਂ ਗੈ ਮੈਲਾ ਬੋ ਫੋਟ ਆਪਣੇ ਆਪ ਕੀ ਸੰਪੂਰਨ ਮੰਨਗ ਧੰਨਵਾਦ